सारे ही हाथ जोड़ के प्यार भरी सत श्री अकाल। जिवें तुसीं पिछले व्लॉग दे विच देखिया सीगा वी आपां बाई होणा नूं मोटर ते लैके गए सी उत्थे आलू च आपां नहाए सीगे। बाई होणे कहिंदे असीं वी पिछे नहीं हटणा। इह गड्डी जी चक्की फिरदे आलू पतंदर ते हुण गड्डी दे पोर्टेबल आलू। हाँ पोर्टेबल आलू ते गड्डी दे विच्चों आपां कढ़न जा रहे हां जी स्विमिंग पूल पोर्टेबल। ये नाल ही रखदा गड्डी च कहिंदे सानूं जिथे भी जी करे असीं कढ के ਨਾਲ ਲੱਗ ਜਾਂਦੇ ਆ। ਅਈ ਨਾ ਆਸਾਨ ਨਹੀਂ ਰੱਖਦੇ ਗੇ ਦਾ ਨਾਲ ਨਾਲ ਚਕਾ ਦੀਦਾ। ਨਹੀਂ ਯਾਰ ਆਸਾਨ ਕੀਤਾ ਹੀ ਨਹੀਂ ਸੀ ਵੀਰੇ, ਅਸੀਂ ਕਿਸੇ ਦਾ ਪੂਲ ਛੱਡਦੇ ਨਹੀਂ ਸੀ ਰੱਖ ਲਾਂਗੇ, ਤੁਸੀਂ ਆਸਾਨ ਨਹੀਂ ਰੱਖਦੇ ਅਸੀਂ ਪੂਲ ਰੱਖ ਲਾਂਗੇ ਕੋਈ ਗੱਲ ਨਹੀਂ। ਪਰ ਇਹਨੂੰ ਭਰਨ ਨੂੰ ਜਿਵੇਂ ਇਹਨੇ ਦੱਸਿਆ ਵੀ ਭਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਵਾ। ਹਾਂ ਯਾਰ ਆਲਮੋਸਟ 2 ਘੰਟੇ ਲੱਗ ਜਾਂਦੇ, 2-3 ਘੰਟੇ ਲੱਗ ਜਾਂਦੇ। 5000 ਲੀਟਰ 5000 ਲੀਟਰ ਉਹ ਜਿਹੜੀਆਂ ਉੱਪਰ ਵੱਡੀਆਂ ਟੈਂਕੀਆਂ ਨੇ ਜੀ ਦੀਨੀ ਨਹੀਂ ਆਗੀ, ਉਹ 1000 ਲੀਟਰ ਉਸ ਤੋਂ ਵੱਧ ਪਾਣੀ ਪੈਣਾ ਇਹਦੇ ਵਿੱਚ। 5 ਚਲੋ ਆਪਾਂ ਦੇਖਦੇ ਹਾਂ ਹੁਣ ਕੀ ਹਿਸਾਬ ਕਿਤਾਬ ਆ ਆਪਾਂ ਕਿਹੜਾ ਉਹਨੂੰ ਬੈਕਯਾਰਡ ਦੇ ਵਿੱਚ ਆਪਾਂ ਲਾਏ ਆਉਨੇ ਆ ਭਰਨ। ਤੇ ਜਿਹੜਾ ਤੁਸੀਂ ਆਹ ਸੈਟਅਪ ਦੇਖ ਰਹੇ ਹੋ ਜੀ ਇਹ ਹੈਗਾ ਮਾਝਾ ਵਰਸਸ ਮਾਲਵਾ ਬਲਾਕ, ਇਹਦਾ ਜਪਣਾ ਉਹ ਆਮ ਰੈਸਲਿੰਗ ਦਾ ਕੰਪੀਟੀਸ਼ਨ ਹੋਣਾ ਵਾ ਤੇ ਇਹ ਵਾਲਾ ਵਲੌਗ ਆਊਗਾ ਵੀਰ ਰਾਮ ਗੜੀਆ ਚੈਨਲ ਤੇ। ਇਹ ਕੁੜੇ ਉਹਨੇ ਕਮੈਂਟ ਆਇਆ ਸੀਗਾ ਇਹ ਪੜ੍ਹ ਕੇ ਸੁਣਾ ਰਿਹਾ ਸੀਗਾ, ਉਹਦੇ ਉੱਤੇ ਲਿਖਿਆ ਸੀਗਾ ਰਾਮਗੜੀਆ ਬੋਇਜ਼ ਆਰ ਸੋ ਹੈਂਡਸਮ। ਉਹ ਮਾਰਕੀਟ ਬੋਇਜ਼ ਮਾਰ ਕੇ ਆਹ ਜਗ੍ਹਾ ਨਿਸ਼ਚਿਤ ਕੀਤੀ ਗਈ ਆ ਜੀ। ਤੇ ਆਹ ਕਿਵੇਂ ਡੱਬਾ ਜਾ ਪਹਿਲਾਂ ਹੀ ਗਿੱਲਾ, ਇਹ ਇੰਨਾ ਕੁ ਪਾਣੀ ਤਾਂ ਵਿੱਚ ਰਹੀ ਜਾਂਦਾ ਹੈ ਨਾ, ਜਿਸ ਹਿਸਾਬ ਨਾਲ ਇਹਦੇ ਵਿੱਚ ਪਾਣੀ ਭਰਿਆ ਜਾਣਾ ਉਹ ਹਿਸਾਬ ਨਾਲ ਆਪਾਂ ਵੇਸਟ ਨਹੀਂ ਕਰਨਾ। ਪਿੱਛੇ ਆਪਣੀਆਂ ਸਬਜ਼ੀਆਂ ਸੁਬਜ਼ੀਆਂ ਹੈਗੀਆਂ ਇਹਨਾਂ ਨੂੰ ਹੀ ਪਾ ਦੇਣਾ ਆਪਾਂ, ਪਾਣੀ ਬੜਾ ਵੇਸਟ ਨਹੀਂ ਕਰਨਾ ਹੈਗਾ, ਪਾਣੀ ਪੈਂਦਾ ਹੀ ਬਹੁਤ ਆ ਯਾਰ। ਕਾਲੀ ਟੇਪ ਹੈ ਕਾਲੀ ਟੇਪ ਮੰਗਾ ਦਿਓ, ਉਹ ਵਾਇਰ ਹੈ ਨਹੀਂ ਗੱਡੀ ਵਾਲੀ ਆ। ਰਾਮਗੜੀਆ ਬੋਇਸ ਤੇ ਕੋਈ ਡਿਸਐਗਰੀਮੈਂਟ ਹੋ ਗਿਆ ਹੈ, ਕਮੈਂਟ ਕੀ ਆਇਆ ਸੀਗਾ ਦੱਸੀ ਵੀਰੇ? ਰਾਮਗੜੀਆ ਬੋਇਸ ਅਸੋ ਆ ਪੰਪ ਪੰਪ ਬਾ ਮਾਰਦੇ ਨੇ ਪੰਪ ਬੋਦੇ ਹੀ ਰਹੀ। ਸੋ ਵੀਰ ਤੋਂ ਬਾਅਦ ਮੋਸਟਲੀ ਮੈਂ ਹਵਾ ਭਰੀ, ਉਦੋਂ ਬਾਅਦ ਹੁਣ ਮਨਰਾਜ ਲੱਗਿਆ ਹੋਇਆ ਵਾ। ਮੇਰੇ ਤਾਂ ਬਾਹਾਂ ਹੀ ਫੁੱਲ ਗਈਆਂ, ਇੰਨੀ ਔਖੀ ਹਵਾ ਭਰਨੀ, ਪਰ ਐਡੀ ਵੀ ਗੱਲ ਨਹੀਂ ਹੈਗੀ। ਇੱਧਰ ਰਵੀ ਕੀ ਕਰ ਰਿਹਾ ਉਹ ਤੁਹਾਨੂੰ ਦਿਖਾਉਂਦੇ ਹਾਂ। ਸਰ ਕੀ ਕਰ ਰਹੇ ਹੋ ਤੁਸੀਂ? ਸਰਦਿਆਰ ਸਾਹਿਬ ਉਹਨੂੰ ਭਰਨ ਲਈ 2 ਪਾਈਪਾਂ ਚਾਹੀਦੀਆਂ ਨੇ, ਹੁਣ ਆਪਣੀ ਪਾਈਪ ਜੋੜ ਜੋੜ ਕੇ ਲੰਬੀ ਕੀਤੀ ਹੋਈ ਹੈ, ਖੋਲ ਲੈਣੀ ਕਰਕੇ ਅਲੱਗ ਅਲੱਗ ਕਰ ਰਹੇ ਕਲੈਂਪ ਖੋਲ ਕੇ। ਇੰਜੀਨੀਅਰ ਬੰਦੇ ਨੇ ਭਾਈ। ਮੰਮੀ ਕੀ ਤੋੜ ਰਹੇ ਹੋ? ਧਨੀਆ ਉਹ ਖੁਸ਼ਬੂ ਆਉਣ ਲੱਗੀ ਜੋ ਤੁਸੀਂ ਕਿਹਾ ਜਦੀ ਉਹਦੀ। ਲਓ ਜੀ ਪਾਈਪਾਂ ਕਰਤੀਆਂ ਅੱਡ, ਇੱਧਰ ਬਾਈ ਬਣਾਉਣ ਵਾਸਤੇ ਤਿਆਰ ਆ ਪੂਰਾ। ਬਣਾਉਣ ਵਾਸਤੇ ਨਹੀਂ ਤਿਆਰ, ਕੋਈ ਹੋਰ ਹੀ ਗੱਲ ਸੀ, ਹੋਰ ਹੀ ਗੱਲ ਸੀ। ਅੱਜ ਬਾਈ ਨਾਲ ਨੂੰ ਹੈਗਾ ਨਹਾਉਣ ਵਾਲੀ, ਉਹ ਇੱਕ ਕਹਾਵਤ ਨਹੀਂ ਬਣੀ ਹੋਈ ਤੁਸੀਂ ਸੁਣੀ ਹੋਣੀ ਆ ਵੀ ਨਾਤੀ ਧੋਤੀ ਰਹਿ ਗਈ ਪੂਛ ਤੇ ਮੱਖੀ ਬਹਿ ਗਈ, ਬਾਈ ਨਾਲ ਅੱਜ ਉਹ ਗੱਲ ਹੋਈ ਆ। ਟੁੱਟੇ ਦਿਲ ਨਹੀਂ ਜੁੜਦੇ ਸੱਜਣਾ ਤੋੜੀ ਨਾ, ਹੁਣ ਪਹੁੰਚ ਗਏ ਨੇ ਬਾਹਰ ਤੇਰੇ ਖੰਨੇ ਵਾਲੇ ਯਾਰ, ਕੰਨ ਥੱਲੇ ਰਹੇ ਹਵਾ ਜੀ ਨਾਲ ਉੱਡਣ ਜੀ ਲੱਗ ਗਿਆ, ਤਾਂ ਪੈਰਾਸ਼ੂਟ ਜਿਹਾ ਬਣ ਲੱਗ ਗਿਆ। ਕੋਠੇ ਤੋਂ ਐਂ ਕਰਕੇ ਸਿੱਟੀ ਹੈ ਥੱਲੇ, ਬੰਦਾ ਚਾਰੇ ਪਾਸੇ ਰੱਸੀਆਂ ਪਾ ਕੇ, ਇੱਕ ਡੇਰ ਇਹ ਰੱਖ ਲਓ ਵੀ ਇਹ 'ਚ ਉੱਥੋਂ ਜਾ ਕੇ ਸਿੱਧੀ ਪੂਲ ਛਾਲ ਮਾਰ, ਉੱਤੋਂ ਬਸ ਫਿਰ ਤਾਂ ਉੱਤੋਂ ਤਾਂ ਫਿਰ ਉੱਤੇ ਹੀ ਜਾਊਗਾ ਬੰਦਾ, ਕਿਹੜਾ ਹੀ ਥੱਲੇ ਆਊ ਬਾਅਦ 'ਚ, ਪੱਕਾ ਪਰਮਾਨੈਂਟਲੀ ਉੱਤੇ ਜਾਊਗਾ। ਸੋ ਇੱਕ ਪਾਈਪ ਆਪਾਂ ਇੱਧਰੋਂ ਲਾਤੀ, ਇੱਕ ਇੱਧਰੋਂ ਲਾਤੀ, ਪੂਲ ਵਿੱਚ ਹੁਣ ਭਰ ਰਹੇ ਆਪਾਂ ਪਾਣੀ। ਮੈਨੂੰ ਤਾਂ ਲੱਗਦਾ ਇਹਨੇ ਛੇਤੀ ਭਰ ਦੇਣਾ ਅੱਧੇ ਘੰਟੇ ਤੋਂ। ਫਰੈਸ਼ ਕੱਕੜੀਆਂ ਉੱਧਰ ਮੰਮੀ ਜੀ ਲੈ ਕੇ ਜਾ ਰਹੇ ਨੇ ਸੈਲਡ ਰਾਤ ਵਾਸਤੇ, ਦੇਖ ਰਹੇ ਮੇਲ ਵੀ ਫਿਰਦੀ ਆ, ਹੈਂ ਕਿਵੇਂ ਕਿਉਂ ਮੇਲ ਵੀ ਫਿਰਦੀ ਆ, ਬਾਈ ਬਣੀ ਲੱਗ ਰਿਹਾ ਸਹੀ ਗੱਲ ਆ, ਸੈਟੀਸਫਾਈਂਗ ਆ। ਜਦੋਂ ਇਹਨੇ ਉੱਪਰ ਜੇ ਨੂੰ ਮੂੰਹ ਹੋ ਜਾਣਾ ਫਿਰ ਦੇਖੀ, ਤੁਹਾਨੂੰ ਪੂਲ ਦਿਖਾਉਂਦੇ ਆ ਜੀ ਕਿੰਨਾ ਕੁ ਭਰ ਗਿਆ ਹਲੇ, ਬੜਾ ਕੋਈ ਟਾਈਮ ਹੋਇਆ ਨਹੀਂ ਆਪਣਾ, ਇੱਧਰ ਪਾਣੀ ਦਾ ਪ੍ਰੈਸ਼ਰ ਹੀ ਇੰਨਾ ਜੀ ਦੇਖ ਲਾ ਭਰਤਾ, ਇਹ ਕਹਿੰਦਾ ਸੀ ਘੰਟਾ ਘੁੰਟਾ ਲੱਗੂਗਾ, ਤੁਮ ਕਹਿ ਜਾਣੋ ਪਿੰਡ ਵਾਲੇ ਕੀ ਬਾਤ ਤੋਂ ਕਰੇ ਪਾਣੀ ਪਾਈਪ ਨਿਕਲ ਗਈ ਸੀ ਉਹਦੇ ਪਾਣੀ ਉੱਤੇ। ਚਲੋ ਜੀ ਜਾ ਰਿਹਾ ਹੁਣ ਆਪਾਂ ਪੂਲ ਕੰਨੀ, ਹੁਣ ਕਰਦੇ ਹਾਂ ਫਨ ਸ਼ਨ ਸ਼ੁਰੂ। ਟੈਂਟਣਾ ਮੈਨੂੰ ਲੱਗਦਾ ਪੂਲ ਭਰਨ ਨੂੰ ਸਾਨੂੰ ਜ਼ਿਆਦਾ ਟਾਈਮ ਲੱਗ ਗਿਆ, ਪਰ ਸਾਡੇ ਕੋਲੇ ਓਨਾ ਟਾਈਮ ਇੰਜੋਏ ਕਰਨ ਨੂੰ ਨਹੀਂ ਹੈਗਾ ਕਿਉਂਕਿ ਹੁਣ ਸ਼ਾਮ ਜੀ ਹੋ ਚੁੱਕੀ ਆ। ਵਾਈਡ ਐਂਗਲ ਦੇ ਵਿੱਚ ਛੋਟਾ ਜਿਹਾ ਲੱਗਦਾ ਉਹ ਪੂਲ, ਪਰ ਜਦੋਂ ਆਪਾਂ ਨਾਰਮਲ ਕਰ ਲਈਏ ਫਿਰ ਖਾਸਾ ਵੱਡਾ ਲੱਗਦਾ। ਐਂਟਰੀ ਸਿਰਫ ਉਹਨੂੰ ਆ ਜਿਹੜਾ ਛਾਲ ਮਾਰੂਗਾ, ਐਂਟਰੀ ਸਿਰਫ ਉਹਨੂੰ ਆ ਜਿਹੜਾ ਛਾਲ ਮਾਰੂਗਾ। ਮੌਸਮ ਬੜਾ ਠੰਡਾ ਹੋ ਗਿਆ ਨਾ, ਮੌਸਮ ਬਹੁਤ ਸ਼ਾਨਦਾਰ ਹੋ ਗਿਆ।
ਡੇਰ ਕਰਾਉਣਾ ਪੈਣਾ ਲੱਗਦਾ ਫਿਰ ਚਾਲ ਮਾਰਨੀ ਆ ਨਹੀਂ ਚੱਲ ਆ ਜਾ ਕੋਈ ਨਹੀਂ ਆਈ ਆ ਜਾ मच्छी आ गई बैल मच्छी आ गई पूरा है ना बीरा चलिया जी कपड़े चेंज करना ना राजदीप कि लग रहा तेन पुत्री सारे भी अखा बंद कर लो मैं सिक्का सिटना बिच एक रुपया वा राजदीप बह जा बह के सौखा होगा चलो भाई देख लिया भाई राजीव को लब गया देख लिया गेम पाई सी चल किसे गेम च जित लैण दा हुण अखां बंद करो राजदीप नूं लब्भणा हुण असल पता क्या किसी के कोल सुटिया जाता हाँ किसी के कोल गिर जाता ना गिर जाता कई बार किसी के नेड़े गिर जाता पूरा सेंटर नहीं करता मनी कितने गया मनी कितने गया राजदीप वधिया फन आ बस सिक्के वाली गेम पता ही नहीं लगता है बड़ी छेती कम हो जाता है हाँ जा आलू बड़ा हो ना ये सॉफ्ट भी है ना साइडा तो रिलैक्स जहा हो गए हौली पानी कर देना था तो रिफ्रेशमेंट्स आई ने जी मिठा पानी राजदीप की पुट्ठा ही हो गया जी तू जिहड़ा अज्ज पूल वाला काम चल रहा ना इहदा दुगना स्वाद करता जिहड़ा मौसम है हवा देखो किन्नी सोहनी चलती है शांति कोई नहीं आला दुआला ऐन बदल होया पिया कोई धुप्प नहीं हैगी नहीं आह टाइम पूरी धुप्प खड़ी हुंदी आ ते थले पूरा इंजॉय कर रहे ने मैं भी बस जाके हुण विच छाल मारनी आ राजदीप कहिंदा होर वी छाल मारो मैनू माफ करो जेडे मैं पहला शब्द गए सी बहुत शांति है बहुत वधिया लग रहा निराश हो गया दसना नहीं असि निराश गभरू छिक मैं धूआ रहा होना छिक बड़ा वैसे तो फोन वारंटी तो बाहर हो चुके वा पर हम रिस्क लाने का बन दे गिरा ही बहुत बार होया देखिए अपने पूल च आ चुकी है शार्क तुसी कहंदे किथे किथे ए ब्लैक शार्क ब्लैक शार्क इधर मोटी शार्क ये तो मेल मशीन है ये तो मेल है राजी भाई का पिक्चर लिए चलो
ਜਿਵੇਂ ਜਿਵੇਂ ਠੰਡੀ ਹਵਾ ਚੱਲ ਰਹੀ ਆ ਉਹਨਾਂ ਉਹਨਾਂ ਨਜ਼ਾਰਾ ਵੱਧਦਾ ਜਾ ਰਿਹਾ ਤੇ ਇਟ ਵਾਸ ਕੰਪਲੀਟਲੀ ਵਰਥ ਇਟ ਟੂ ਬ੍ਰਿੰਗ ਅ ਸਵਿਮਿੰਗ ਪੂਲ ਫਰੋਮ ਅੰਮ੍ਰਿਤਸਰ ਸ਼ੁਕਰਾਨਾ ਸੁੰਦਰਾ ਲਾਈਟ ਪਰ ਲਾਈਟ ਨੇ ਸਾਨੂੰ ਉਹ ਧੋਖਾ ਦੇ ਰਿਹਾ ਸੀ ਵੱਧ ਗਿਆ ਸੀ ਪਹਿਲਾਂ ਹੀ ਭਰ ਲਿਆ ਤਾਂ ਪਹਿਲਾਂ ਅਸੀਂ ਸਵਿਮਿੰਗ ਪੂਲ ਭਰ ਲਿਆ ਸੀਗਾ ਇਹ ਕਿਹੜਾ ਸੌਖਾ ਭਰ ਦਾ ਸਹੀ ਗੱਲ ਕੀ ਔਖੇ ਜਿਹੇ ਸਾਹ ਲਈ ਜਾਂਦਾ ਆਹ ਤੂੰ ਚੱਲ ਵਿੱਚ ਚੱਲ ਵਿੱਚ 1 2 3 ਗੋ ਆ ਜਾਓ ਦੇਖਦੇ ਕੀ ਹੋ ਆ ਜਾਓ ਵਿੱਚ ਮਾਰ ਦੋ ਛਾਲਾ ਉੱਥੋਂ ਉੱਤੋਂ ਚੜ ਕੇ ਛਾਲਾ ਨਹੀਂ ਕਾਹਨੂੰ ਸੱਟ ਲੱਗੂਗੀ ਆਈ ਆ ਜਾਓ ਓਏ ਚੱਡੀ ਨਾਲ ਆ ਦਿਓ ਕੋਈ ਵਿੱਚ ਬੰਦੇ ਬਾਤੇ ਜਾ ਰਹੇ ਨੇ ਕਿਵੇਂ ਲੱਗ ਰਿਹਾ ਤੈਨੂੰ ਸਵਿਮਿੰਗ ਪੂਲ ਚ ਬਹਿ ਕੇ ਪਹਿਲਾਂ ਕੋਈ ਬੈਠੇ ਆ ਵਾ ਕਦੇ ਪੰਜ ਕਿੰਨੇ ਹੁਣ ਬਾਹਰ ਹੋ ਜਾਓ ਸਾਰੇ ਠੀਕ ਆ 1 2 3 ਜਿਹੜਾ ਰਹਿ ਗਿਆ ਅੰਦਰੋਂ ਵੀ ਫਿਰ ਨਿਕਲ ਲਾਊ ਮੈਂ 4 ਨਹੀਂ ਓਏ 4 5 ਹੋ ਗਏ ਲਾ ਦੋ ਚਲੋ ਠੀਕ ਆ ਠੰਡਾ ਰਿਹਾ ਕਰੋ ਤੁਸੀਂ 2-3 ਦਿਨਾਂ ਜਾਊਗੀ ਠੀਕ ਆ ਉਹਦਾ ਕੱਛਾ ਲੈ ਗਿਆ ਓਏ ਤੇਰਾ ਕੱਛਾ ਲੱਗ ਜੀ ਨਾ ਪਾਈ ਉਹ ਰਹਿਣ ਦਿੰਦੇ ਆ ਨਾ ਉਹ ਨਹੀਂ ਪਾਵਾਂਗੇ ਭਾਰੀ ਹੈ ਕੋਈ ਗੱਲ ਨਹੀਂ ਨਹੀਂ ਪਾਉਣੀ ਨਹੀਂ ਬੇਚ ਦੀ ਹੈ ਲੋ ਜੀ ਡੈਡੀ ਆਏ ਸੀਗੇ ਡੈਡੀ ਕਹਿੰਦੇ ਚਿਪਸ ਵਗੈਰਾ ਖਾਓ ਤੁਸੀਂ ਆਈ ਬੈਠੇ ਹੋ ਤਾਂ ਡੈਡੀ ਨੇ ਚਿਪਸ ਅਰੇਂਜ ਕੀਤੇ ਨੇ ਜੀ ਉਹ ਲਓ ਯਾਰ ਵੀਰੇ ਯਾਰ ਚਿਪਸ ਰਲ ਕੇ ਖਾ ਲਿਓ ਲੜਕੇ ਨਾ ਖਾਇਓ ਰਲ ਕੇ ਰੌਣਕ ਤਾਂ ਪੂਰੀ ਲਾ ਗਏ ਕੱਛੇ ਵੀ ਲਾ ਗਏ ਸੀ ਆਪਣੇ ਦੋ ਦਿਨ ਦਾ ਰੌਣਕ ਤਾਂ ਲੱਗਣੀ ਸੀ ਚਲੋ ਆਪਾਂ ਕਿੰਨਾ ਮਜ਼ਾ ਰਾਤ ਦੀ ਹਵਾ ਕਿੰਨੀ ਸੋਹਣੀ ਚੱਲਦੀ ਹੈ ਤੇ ਦੇਖੋ ਜਿਵੇਂ ਦੱਸੇ ਪਾਣੀ ਦਾ ਰੰਗ ਪਹਿਲਾਂ ਹੋਰ ਸੀ ਹੁਣ ਥੋੜ੍ਹਾ ਜਿਹਾ ਬਦਲ ਚੁੱਕਿਆ ਵਾ ਬਹੁਤ ਫਨ ਸੀਗਾ ਅਸੀਂ ਬਸ ਥੋੜ੍ਹੀ ਦੇਰ ਹੋਰ ਬੈਠਾਂਗੇ ਫਿਰ ਅਸੀਂ ਪਾਣੀ ਇੱਧਰ ਉੱਧਰ ਜਿੱਥੇ ਸਾਡੇ ਤੋਂ ਨਿਕਲਦਾ ਹੋਇਆ ਵੇਸਟ ਘੱਟ ਕਰਾਂਗੇ ਨਿਕਾਸੀ ਕਰ ਦਾਂਗੇ ਪ੍ਰੋਪਰ ਫਸਲਾਂ ਨੂੰ ਉਹ ਖੇਤ 'ਚ ਵੀ ਪਾ ਦਾਂਗੇ ਮੇ ਬੀ ਮਾੜਾ ਜਿਹਾ ਸੋ ਇਹ ਸੀਗਾ ਜੀ ਅੱਜ ਦਾ ਵਲੋਗ ਸੋ ਹੋਪਫੁਲੀ ਤੁਹਾਨੂੰ ਪਸੰਦ ਆਇਆ ਹੋਊਗਾ ਬਾਕੀ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇੱਧਰ ਵੀ ਇਹੋ ਜਿਹੀਆਂ ਵੀਡੀਓ ਬਹੁਤ ਆਉਂਦੀਆਂ ਨੇ ਪੂਲ ਵਾਲੀਆਂ ਵੀ ਰਾਮਗੜੀਆ ਚੈਨਲ ਚੈੱਕ ਜ਼ਰੂਰ ਕਰ ਲਿਓ ਜੇ ਨਹੀਂ ਕੀਤਾ ਹੈਗਾ ਹਲੇ ਤੱਕ ਵੈਸੇ ਮੋਸਟਲੀ ਇਹਨੇ ਕਰ ਲਿਆ ਹੋਣਾ ਬਾਈ ਨੂੰ ਫੋਲੋ ਕਰ ਲਿਓ ਲਿੰਕ ਸਾਰਾ ਕੁਝ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਵਾ ਤੂੰ ਕੀ ਕਰੀ ਜਾਂਦਾ ਓਏ ਲੋ ਬਣਾ ਜਾ ਸਾਨੂੰ ਬਹੁਤ ਨਜ਼ਾਰਾ ਆਇਆ ਵੀਡੀਓ ਨਹੀਂ ਪਤਾ ਕਿਹੋ ਜੀ ਬਣੀ ਹੋਣਗੀ ਪਰ ਉਹ ਗਾਹ ਬਹੁਤ ਜ਼ਿਆਦਾ ਪਿਆ ਬਹੁਤ ਬਹੁਤ ਮਜ਼ਾ ਆਇਆ ਬਹੁਤ ਜ਼ਿਆਦਾ ਸੋ ਜੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਬਸ ਹੋਰ ਇੰਜੋਏ ਕਰਕੇ ਫਿਰ ਫਿਨਿਸ਼ ਕਰਦੇ ਅੱਜ ਦਾ ਦਿਨ ਤੇ ਵਾਲਾ ਵਲੌਗ ਆਪਾਂ ਉਹ ਹੀ ਫਿਨਿਸ਼ ਕਰਦੇ ਲਵ ਯੂ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ
बाय बाय।